ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਹੋਣੀ ਉੱਥੋਂ 20 ਕਿਲੋਮੀਟਰ ਪਿੱਛੇ ਠੇਕਾ ਮੁਲਾਜ਼ਮਾਂ ਵੱਲੋਂ ਤੁਹਾਨੂੰ ਦਿਖਾ ਰਹੇ ਕਿ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਧਰਨਾ ਵੱਖਰੇ ਢੰਗ ਦਾ ਹੈ। ਇੱਥੇ ਖੂਨ ਦਿੱਤਾ ਜਾ ਰਿਹਾ ਹੈ, ਖੂਨ ਜਿਹੜੇ ਠੇਕਾ ਮੁਲਾਜ਼ਮ ਨੇ ਜਾਂ ਟੀਚਰਸ ਨੇ ਜਿਨ੍ਹਾਂ ਨੂੰ ਰੈਗੂਲਰ ਕਰਤਾ ਜਿਨ੍ਹਾਂ ਦੀ ਤਨਖਾਹ ਹੁਣ ਕਹਿ ਰਹੇ ਕਿ ਘੱਟ ਹੋ ਗਈ ਹੈ, ਉਹ ਆਪਣਾ ਬਲੱਡ ਦੇ ਰਹੇ ਨੇ ਔਰ ਉੱਥੇ ਬੈਨਰ 'ਤੇ ਇਹਨਾਂ ਨੇ ਲਿਖਿਆ ਹੈ ਕਿ ਜਿਹੜੇ ਵੀ MLA ਮੰਤਰੀ ਇਹਨਾਂ ਦਾ ਖੂਨ ਚੂਸਣਾ ਚਾਹੁੰਦੇ ਨੇ ਇੱਥੋਂ ਦੀ ਇਸ ਸਟੋਲ 'ਤੇ ਆ ਕੇ ਮਿਲਣ, ਔਰ ਮਿੱਟੀ ਦੇ ਲੱਡੂ ਵੀ ਰੱਖੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੇਡੀਜ਼ ਜਿਹੜਾ ਹੈ ਆਪਣਾ ਖੂਨ ਇਹ ਪੰਜਾਬ ਸਰਕਾਰ ਦੇ ਨਾਮ ਦੇ ਰਹੇ ਨੇ, ਇਹ ਪੰਜਾਬ ਸਰਕਾਰ ਨੂੰ ਇਹ ਖੂਨ ਦੇਣਾ ਚਾਹੁੰਦੇ ਔਰ ਡਾਕਟਰ ਇੱਥੇ ਆ ਕੇ ਇਸੇ ਤਰ੍ਹਾਂ ਲਗਾਤਾਰ ਸਾਰਿਆਂ ਦਾ ਖੂਨ ਲੈ ਰਹੇ ਨੇ ਔਰ ਉਹਨਾਂ ਨੂੰ ਗਲਾਸਾਂ 'ਚ ਭਰਿਆ ਜਾ ਰਿਹਾ। ਇੱਕ ਵਾਰੀ ਮੈਂ ਆਪਣੇ ਕੈਮਰਾਮੈਨ ਰੋਹਿਤ ਨੂੰ ਕਹਾਂਗਾ ਕਿ ਦਿਖਾਉਣ ਕਿ ਕਿਸ ਤਰ੍ਹਾਂ ਗਲਾਸਾਂ 'ਚ ਇਹ ਖੂਨ ਭਰਿਆ ਜਾ ਰਿਹਾ, ਇਹਦੇ ਨਾਲ ਮਿੱਟੀ ਦੇ ਲੱਡੂ ਵੀ ਰੱਖੇ ਹੋਏ ਨੇ। ਤੁਸੀਂ ਖੂਨਦਾਨ ਕੀਤਾ ਸਾਰੇ, ਤੁਸੀਂ ਤੁਹਾਨੂੰ ਡਰ ਨਹੀਂ ਲੱਗ ਰਿਹਾ ਇੱਥੇ ਖੂਨ ਦੇ ਰਹੇ ਹੋ, ਤੁਸੀਂ ਕਿਉਂ ਦੇ ਰਹੇ ਹੋ? ਬਿਲਕੁਲ ਨਹੀਂ ਲੱਗ ਰਿਹਾ ਸਾਨੂੰ ਡਰ, ਸਾਨੂੰ ਸਰਕਾਰ ਪੱਕਾ ਨਹੀਂ ਕਰ ਰਹੀ, 10,000 ਤੇ ਬਿਠਾ ਰੱਖਿਆ ਹੈਗਾ। ਇਹ ਖੂਨ ਦੇਣ ਨਾਲ ਤੁਹਾਡਾ ਮੰਗਾਂ ਪੂਰੀ ਹੋ ਜਾਣਗੀਆਂ? ਇਹ ਤਾਂ ਹੁਣ ਸਰਕਾਰ ਨੂੰ ਮੰਨਣੀਆਂ ਪੈਣੀਆਂ ਨੇ ਸਾਡੀਆਂ ਮੰਗਾਂ। ਕੀ ਕਹਿਣਾ ਤੁਹਾਡਾ, ਤੁਹਾਡੀ ਆਵਾਜ਼ ਪਹੁੰਚ ਜਾਏਗੀ ਸਰਕਾਰ ਤੱਕ? ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ, ਸਾਡੀ ਆਵਾਜ਼ ਸਰਕਾਰ ਤੱਕ ਪਹੁੰਚ ਕੇ ਰਹੇਗੀ। ਤੁਹਾਡਾ ਕੀ ਕਹਿਣਾ, ਆਵਾਜ਼ ਪਹੁੰਚੇਗੀ ਤੁਹਾਡੀ ਇੱਦਾਂ ਇਸ ਤਰ੍ਹਾਂ ਖੂਨ ਦੇ ਕੇ ਔਰ ਮਿੱਟੀ ਦੇ ਲੱਡੂ ਦੇ ਕੇ? ਬਿਲਕੁਲ, ਅਗਰ ਤੁਸੀਂ ਪੂਰੀ ਮੀਡੀਆ ਕਵਰੇਜ ਕਰੋ, ਮੇਨ ਮੀਡੀਆ, ਇਹ ਮੀਡੀਆ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਏ। ਕੀ ਸਮੱਸਿਆ ਕੀ ਨੇ, ਕਿਹੜੇ ਡਿਪਾਰਟਮੈਂਟ 'ਚ ਕੰਮ ਕਰਦੇ ਤੁਸੀਂ? ਸਰਵ ਸਿੱਖਿਆ ਅਭਿਆਨ, ਨੋਨ ਟੀਚਿੰਗ। ਇਹ ਜਿਹੜਾ ਹੁਣ ਤੁਹਾਡਾ 15,000 ਫਿਕਸ ਕਰਤਾ, ਤੁਹਾਨੂੰ ਪੱਕੇ ਕਰਤਾ, ਤੁਸੀਂ ਉਦੋਂ ਤੋਂ ਖੁਸ਼ ਨਹੀਂ? ਨਹੀਂ ਜੀ, ਸਾਨੂੰ ਪੂਰੀ ਤਨਖਾਹ ਚਾਹੀਦੀ ਹੈ, ਪੂਰੀ ਤਨਖਾਹ 'ਤੇ ਰੈਗੂਲਰ ਕੀਤਾ ਜਾਏ। ਖੂਨ ਦੇਣ ਦਾ ਮਤਲਬ ਕੀ ਹੈ? ਖੂਨ ਦਾ ਫਾਇਦਾ ਹੀ ਕੀ ਹੈ, ਖੂਨ ਚੂਸਣਾ ਹੀ ਹੈ ਇਹਨਾਂ ਨੇ, ਤਾਂ ਫਿਰ ਅਸੀਂ ਆਪ ਹੀ ਦੇ ਦਿੰਦੇ ਹਾਂ। ਇਹ ਜੇ ਇੱਥੇ ਤੁਹਾਡੇ MLA ਜਾਂ ਮੰਤਰੀ ਤੁਹਾਡੇ ਸਟਾਲ 'ਤੇ ਨਾ ਆਏ ਤਾਂ ਫਿਰ ਕੀ ਕਰੋਗੇ? ਕਿਉਂ ਨਹੀਂ ਆਉਣਗੇ, ਇੱਧਰੋਂ ਜਾਣਗੇ ਤਾਂ ਸਹੀ, ਕਾਂਗਰਸ ਵਰਕਰ ਸਾਰੇ ਇੱਧਰੋਂ ਲੰਘ ਕੇ ਜਾਣਗੇ, ਕਮ ਸੇ ਕਮ ਉਹਨਾਂ ਨੂੰ ਪਤਾ ਤਾਂ ਚੱਲੇਗਾ ਕੀ ਹੋ ਰਿਹਾ ਸਾਡੇ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਸ ਧਰਨੇ 'ਚ ਲੇਡੀਜ਼ ਔਰ ਜੈਂਟਸ ਇੱਕ ਪਾਸੇ ਬੈਠ ਕੇ ਵੱਖਰਾ ਢੰਗ ਦਾ ਖੂਨ ਜਿਹੜਾ ਖੂਨ ਦੇ ਕੇ ਪ੍ਰਦਰਸ਼ਨ ਕਰ ਰਹੇ ਨੇ। ਇਹਨਾਂ ਦਾ ਆਰੋਪ ਹੈ ਕਿ ਖੂਨ ਚੂਸ ਰਹੀ ਹੈ ਸਰਕਾਰ ਇਹਨਾਂ ਦਾ, ਔਰ ਹੈ ਆਪ ਹੀ ਖੂਨ ਦੇ ਦੇਣਗੇ ਤਾਂ ਕਿ ਉਹਨਾਂ ਨੂੰ ਚੂਸਣਾ ਨਾ ਪਵੇ। ਮੈਂ ਦੱਸ ਦੇਣਾ ਚਾਹਾਂਗਾ ਕਿ ਇਹ ਠੇਕਾ ਮੁਲਾਜ਼ਮ ਨੇ ਜਿਨ੍ਹਾਂ ਨੂੰ ਜਿਹੜੇ ਪਿੱਛੇ ਕੈਬਨਿਟ ਨੇ ਫੈਸਲਾ ਲਿਆ ਕਿ ਰੈਗੂਲਰ ਕਰਤੇ ਮੁਲਾਜ਼ਮ, ਉਹਨਾਂ ਤੋਂ ਇਹ ਨਾਖੁਸ਼ ਨੇ ਉਸ ਫੈਸਲੇ ਤੋਂ। ਕੈਮਰਾਮੈਨ ਰੋਹਿਤ ਦੇ ਨਾਲ ਰਮਨ ਸੁਗਾਬਾ, ਦੈਨਿਕ ਸੂਰਾ TV, ਮਲੋਟ।